ਸਾਨੂੰ ਤਾਂ ਜੀ 40 ਸਾਲ ਹੋ ਗਏ ਦੇਖਦੇ ਨੂੰ ਆਹੀ ਹਾਲ ਆ ਕਈ ਸਰਕਾਰਾਂ ਵਾਲੀਆਂ ਕੁਛ ਨਹੀਂ ਹੋਇਆ ਬਹਾਨੇ ਲਾ ਕੇ ਚਲੇ ਜਾਂਦੇ ਆ ਪੀਓ ਸਾਹਿਬ ਆ ਲਿਆ ਕਹਿੰਦਾ ਚੌਥੇ ਨੂੰ ਕੰਮ ਹੋ ਜਾਊਗਾ ਅੱਜ 1 ਮਹੀਨਾ ਹੋ ਗਿਆ ਜੀ ਗੁਰਦੁਆਰਾ ਤਾਂ ਵੋਟਾਂ ਜਿਹੜਾ ਤਾਂ ਅਸੀਂ ਵੋਟਾਂ ਲੈਣਾਂਗੇ ਵੋਟਾਂ ਦੀ ਤਾਂ ਗੱਲ ਬਾਦਵਾਂ ਕਰਾਂਗੇ ਪਹਿਲਾਂ ਨੂੜ ਕੇ ਤਾਂ ਖੰਭੇ ਨਾਲ ਵਢਾਂਗਾ ਕਰਾਂਗੇ ਵੋਟਾਂ ਨੂੰ ਬਾਦਵਾਂ ਪੁੱਛਾਂਗੇ ਉਹਨਾਂ ਨੂੰ ਘੱਟੋ ਘੱਟ 40 ਸਾਲ ਹੋ ਗਏ ਜੀ ਇਹਨੂੰ ਇੱਥੇ ਇਹ ਇੰਨੀ ਜਗ੍ਹਾ 'ਚ ਇਹੀ ਹਾਲ ਆ ਸਾਰੇ ਪਿੰਡ ਦਾ ਰਸਤਾ ਇਹ ਸਾਰਾ ਪਿੰਡ ਲੰਘਦਾ ਏ ਇੱਥੇ ਦੇਖ ਲਓ ਤੁਸੀਂ ਗੰਦ ਕਿੰਨਾ ਉਹਦੇ ਮੁਸਕ ਕਿੰਨਾ ਆਉਂਦਾ ਹੋਣਾ ਜਾਂ ਕੂਲਰ ਚੱਲਦੇ ਆ ਏਸੀ ਚੱਲਦੇ ਆ ਕਿਸੇ ਦੇ ਪੱਖੇ ਚੱਲਦੇ ਆ ਅੰਦਰ ਗੰਦ ਬਹੁਤ ਆ ਕਰੋਨਾ ਨੇ ਤਾਂ ਬਾਜੂਗਾ ਆਹ ਜਿਹੜਾ ਡੇਂਗੂ ਹੋ ਜਾਣਾ ਹੁਣ ਇੱਥੇ ਮਾਤਾ ਜੀ ਕੀ ਨਾਮ ਆ ਤੇ ਕੀ ਕਹਿਣਾ ਚਾਹੁੰਦੇ ਇਸ ਸਮੱਸਿਆ ਨੂੰ ਲੈ ਕੇ ਸਵਰਨ ਕੌਰ ਆ ਜੀ ਕੀ ਕਹਿਣਾ ਚਾਹੁੰਦੇ ਕਿਦਾਂ ਦਾ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਹੁਣ ਤੁਹਾਨੂੰ ਦਿਖਦੀ ਹੋ ਜੀ ਦੇਖੋ ਸਾਡੇ ਤਾਂ ਬਹੁਤ ਤੰਗ ਹੋਏ ਵਿਆ ਜੀ ਘਰਾਂ ਵਿੱਚ ਪਾਣੀ ਸਾਡਿਆਂ ਵਿੱਚ ਵੜਦਾ ਅੰਦਰਾਂ ਵਿੱਚ ਪਾਣੀ ਜਾਂਦਾ ਅੰਦਰ ਨਿਆਣੇ ਸਾਡੀ ਕੁੜੀ ਨੂੰ ਉੱਧਰ ਉਹ ਕੁੜੀ ਨੇ ਉਹ ਹੋ ਗਿਆ ਬਿਮਾਰ ਹੋ ਗਈ ਸੀ ਉਹ ਕੁੜੀ ਸਾਡੀ ਹੈਂ ਹੁਣ ਜਿਹੜਾ ਹਾਂਜੀ ਹਾਂਜੀ ਹੈਂ ਘਰਾਂ ਦੇ ਵਿੱਚ ਸਾਨੂੰ ਸਾਡਾ ਪਾਣੀ ਵੜਦਾ ਕੋਈ ਸਾਨੂੰ ਪੀਣ ਵਾਲਾ ਪਾਣੀ ਨਹੀਂ ਦਿੱਤਾ ਤਿੰਨ ਮਿਨਿਸਟਰੀਆਂ ਬਦਲ ਕੇ ਚਲੇ ਗਈਆਂ ਹੁਣ ਤੱਕ ਸਾਨੂੰ ਪੀਣ ਵਾਲਾ ਪਾਣੀ ਨਹੀਂ ਮਿਲਿਆ ਹੈਗਾ 10 ਸਾਲ ਹੋ ਗਏ ਅਸੀਂ ਹੈੱਡ ਪਰ ਤੇ ਪਾਣੀ ਲਿਆ ਕੇ ਪੀਂਦੇ ਆ ਮੁੱਲ ਦਾ ਪਾਣੀ ਪੀਂਦਾ ਕੋਈ ਗੱਡੀਆਂ ਪਰ ਲਿਆਉਂਦਾ ਕੋਈ ਸਕੂਟਰ ਪਰ ਲਿਆਉਂਦਾ ਪਾਣੀ ਗੱਡੀਆਂ ਮੂੰਹ 'ਚ ਪਾ ਕੇ ਨਹੀਂ ਚੱਲਦੀਆਂ ਪਾਣੀ ਪੀ ਕੇ ਨਹੀਂ ਚੱਲਦੀਆਂ ਉਹ ਤੇਲ ਪਾ ਕੇ ਚੱਲਦੀਆਂ ਸਾਨੂੰ ਮੁੱਲ ਦਾ ਪਾਣੀ ਪੈਂਦਾ ਹੈ ਅਸੀਂ ਜਿਹੜੇ ਲੀਡਰਾਂ ਨੂੰ ਤੁਸੀਂ ਵੋਟਾਂ ਪਾਈਆਂ ਸੀ ਕੀ ਵਾਅਦੇ ਕੀਤੇ ਸੀ ਪੂਰੇ ਕਰੇ ਕਿ ਨਹੀਂ ਵਾਅਦੇ ਕਿ ਕਰੇ ਅਸੀਂ ਕਹਿੰਦੇ ਆ ਕਰੂੰ ਹੁਣ ਕੋਈ ਦੇਖ ਸੁਣਦਾ ਨਹੀਂ ਹੈਗਾ ਅਸੀਂ ਐਂ ਕਰੂੰਗੇ ਐਂ ਕਰੂੰ ਵੋਟਾਂ ਜਾਂ ਪਾਉਂਦੇ ਜਾਂ ਤਾਂ ਅਸੀਂ ਗੋਡੇ ਹੱਥ ਲਾਉਂਗੇ ਸਾਡਾ ਸਾਰੇ ਕੰਮ ਕਰੂੰਗੇ ਹੁਣ ਤੱਕ ਸਾਨੂੰ ਕੋਈ ਹੱਲ ਉਹਨਾਂ ਦਾ ਇੱਕ ਵੀ ਗੱਲ ਜਿਹੜੀ ਉਹਨਾਂ ਨੇ ਵਾਅਦੇ ਕਰਤੇ ਵੀ ਸਾਨੂੰ ਇੱਕ ਵੀ ਗੱਲ ਦਾ ਗੱਲ ਨਹੀਂ ਹੈ ਉਹਨਾਂ ਨੇ ਉਹ ਕਰੀ ਹੈ ਦੁਬਾਰਾ ਫਿਰ ਵੋਟਾਂ ਆ ਰਹੀਆਂ ਕੀ ਪ੍ਰੋਗਰਾਮ ਬਣਾਇਆ ਤੁਸੀਂ ਪਿੰਡ ਦੇ ਦੁਬਾਰਾ ਤਾਂ ਵੋਟਾਂ ਜਿਹੜਾ ਤਾਂ ਅਸੀਂ ਵੋਟਾਂ ਲੈਣਾਂਗੇ ਵੋਟਾਂ ਦੀ ਤਾਂ ਗੱਲ ਬਾਦਵਾਂ ਕਰਾਂਗੇ ਪਹਿਲਾਂ ਨੂੜ ਕੇ ਤਾਂ ਖੰਭੇ ਨਾਲ ਵਢਾਂਗਾ ਕਰਾਂਗੇ ਵੋਟਾਂ ਨੂੰ ਬਾਦਵਾਂ ਪੁੱਛਾਂਗੇ ਉਹਨਾਂ ਨੂੰ ਸਰ ਕੀ ਨਾਮ ਆ ਤੇ ਕੀ ਕਹਿਣਾ ਚਾਹੁੰਦੇ ਸਮੱਸਿਆ ਨੂੰ ਲੈ ਕੇ ਜਸਵਿੰਦਰ ਸਿੰਘ ਜੀ ਕਿੰਨੀ ਦੇਰ ਤੋਂ ਜੂਝ ਰਹੇ ਸਮੱਸਿਆ ਨਾਲ ਆ ਸਾਨੂੰ ਤਾਂ ਜੀ 40 ਸਾਲ ਹੋ ਗਏ ਦੇਖਦੇ ਇਹਨੂੰ ਆਹੀ ਹਾਲ ਆ ਕਈ ਸਰਕਾਰਾਂ ਵਾਲੀਆਂ ਕੁਛ ਨਹੀਂ ਹੋਇਆ ਬਹਾਨੇ ਲਾ ਕੇ ਚਲੇ ਜਾਂਦੇ ਆ ਪੀਓ ਸਾਹਿਬ ਆ ਲਿਆ ਕਹਿੰਦਾ ਚੌਥੇ ਨੂੰ ਕੰਮ ਹੋ ਜਾਊਗਾ ਅੱਜ 1 ਮਹੀਨਾ ਹੋ ਗਿਆ ਜੀ ਆ ਸਾਡਾ ਹਾਲ ਦੇਖ ਲਓ ਬੁਰਾ ਬਿਮਾਰੀ ਨਾਲ ਜੂਝ ਰਹੇ ਆ ਪੂਰਾ ਐਨ ਤੇ ਜਿਹੜੇ ਲੀਡਰ ਵੋਟਾਂ ਲੈ ਕੇ ਗਏ ਸੀ ਕਿਆ ਉਹ ਸਾਰ ਲੈਂਦੇ ਨਹੀਂ ਕੋਈ ਸਾਰ ਨਹੀਂ ਲੈਂਦੇ ਜੀ ਕਰੋਨਾ ਨਾਲ ਅਸੀਂ ਘੱਟ ਮਰਨਾ ਇਹਦੇ ਨਾਲ ਅਸੀਂ ਜ਼ਿਆਦਾ ਮਰਨਾ ਤੇ ਇਸ ਵਾਰੀ ਇਲੈਕਸ਼ਨ ਦੇ ਵਿੱਚ ਕੀ ਪ੍ਰੋਗਰਾਮ ਕਿਸੇ ਨੂੰ ਵੋਟ ਨਹੀਂ ਦੇਵਾਂਗੇ ਜੀ ਚਾਹੇ ਅਕਾਲੀ ਕਾਂਗਰਸ ਬੀਜੇਪੀ ਆਮ ਪਾਰਟੀ ਕੋਈ ਆ ਜਾਵੇ ਕਿਸੇ ਨੂੰ ਵੀ ਵੋਟ ਨਹੀਂ ਦਊਂਗਾ ਸਾਡਾ ਪਿੰਡ ਜੀ ਬਜ਼ੁਰਗੋ ਕੀ ਨਾਮ ਹੈ ਤੇ ਕਿੱਦਾਂ ਦੀ ਸਮੱਸਿਆ ਆ ਰਹੀ ਹੈ ਕਿਹੜੇ ਵਾਰਡ ਦਾ ਤੁਹਾਡਾ ਸਮੱਸਿਆ ਹੈ ਮੇਰਾ ਨਾਮ ਸਵਰਨ ਸਿੰਘ ਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਵੇਲੀ ਦਾ ਇਹ ਦੋ ਵਾਰਡਾਂ ਦੀ ਸਮੱਸਿਆ ਜੀ ਸਾਡੇ 21 ਨੰਬਰ ਵਾਰਡ ਹੈ ਜੀ ਇੱਕ ਪਾਸੇ 1 ਨੰਬਰ ਵਾਰਡ ਹੈ ਜੀ ਤੁਸੀਂ ਆਪ ਮੀਡੀਆ ਵਾਲੇ ਸਾਰਾ ਜਾ ਕੇ ਦੇਖਿਆ ਜੀ ਕਿਹਦੇ ਕਿਹਦੇ ਘਰ ਪਾਣੀ ਵੜਦਾ ਕਿਸ ਤਰ੍ਹਾਂ ਜਾਂਦਾ ਕਿੱਧਰੋਂ ਜਾਂਦਾ ਸਾਡਾ ਇਹ ਸਾਰੇ ਪਿੰਡ ਦਾ ਰਸਤਾ ਜੀ ਮੇਰਾ ਇਕੱਲੇ ਦਾ ਨਹੀਂ ਹੈਗਾ ਮੇਰੇ ਪਰਿਵਾਰ ਦਾ ਨਹੀਂ ਹੈਗਾ ਇਹ ਸਾਰੇ ਪਿੰਡ ਦਾ ਰਸਤਾ ਜੀ ਇੱਥੇ ਲੰਘਣ ਵਾਸਤੇ ਬੀਬੀਆਂ ਵੀ ਜਾਂਦੀਆਂ ਕੱਖ ਲਗਾਉਂਦੇ ਸਿਰਫ ਪੰਡਾਂ ਆਹ ਤੁਹਾਡੇ ਕੋਲ ਚੱਕੀ ਹੈ ਜੀ ਇੱਧਰਲੇ ਪਾਸੇ ਇਹ ਚੱਕੀ ਪਰ ਲੋਕ ਆਟਾ ਰੱਖਣ ਆਉਂਦੇ ਕੋਈ ਲੈਣ ਆਉਂਦੇ ਆ ਥੱਲੇ ਪਾਣੀ ਖੜਾ ਜੀ ਕਿਸੇ ਦਾ ਕੋਈ ਥੈਲਾ ਗਿਰ ਜਾਂਦਾ ਕਿਸੇ ਦੇ ਬੱਚੇ ਕੋਈ ਗਿਰਦੇ ਆ ਇੱਥੇ ਨੁਕਸਾਨ ਬਹੁਤ ਹੁੰਦਾ ਜੀ ਲੰਘਣਾ ਬਹੁਤ ਔਖਾ ਤੁਹਾਡੇ ਸਾਹਮਣੇ ਰੇੜੀਆਂ ਵਾਲੇ ਲੰਘਦੇ ਸਕੂਟਰ ਮੋਟਰਸਾਈਕਲਾਂ ਵਾਲੇ ਲੰਘਦੇ ਆ ਨਾਲ ਮਕਾਨ ਪਾਏ ਵੇ ਜੀ ਸਾਡੇ ਘਰ ਇੱਥੇ ਦੇਖ ਲਓ ਤੁਸੀਂ ਗੰਦ ਕਿੰਨਾ ਉਹਦੇ ਮੁਸਕ ਕਿੰਨਾ ਆਉਂਦਾ ਹੋਣਾ ਜਾਂ ਕੂਲਰ ਚੱਲਦੇ ਆ ਏਸੀ ਚੱਲਦੇ ਆ ਕਿਸੇ ਦੇ ਪੱਖੇ ਚੱਲਦੇ ਆ ਅੰਦਰ ਗੰਦ ਬਹੁਤ ਆ ਕਰੋਨਾ ਨੇ ਤਾਂ ਬਾਜੂਗਾ ਆਹ ਜਿਹੜਾ ਡੇਂਗੂ ਹੋ ਜਾਣਾ ਹੁਣ ਇੱਥੇ ਲੋਕਾਂ ਨੂੰ ਇੱਥੇ ਬੁਖਾਰ ਚੜੂਗੇ ਲੋਕ ਹੋਰ ਬਿਮਾਰ ਹੋਊਗੇ ਕੁਝ ਤਾਂ ਹੈਗੇ ਵੀ ਆ ਜੀ ਕੁਝ ਹੋਰ ਹੋਊਗੇ ਲੀਡਰਾਂ ਬਾਰੇ ਕੀ ਕਹਿਣਾ ਚਾਹੁੰਦੇ ਲੀਡਰਾਂ ਬਾਰੇ ਕੀ ਕਹਿਣਾ ਸਾਰੇ ਲੀਡਰ ਇੱਕੋ ਮਾਂ ਦੇ ਪੁੱਤਾਂ ਜੀ ਆਪਾਂ ਤਾਂ ਇੱਕੋ ਗੱਲ ਜਾਣਦੇ ਹਾਂ ਚਾਹੇ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਦੀ ਸੁਣਦਾ ਨਹੀਂ ਹੈ ਜਿੱਥਾ ਕਿਸੇ ਦਾ ਕੋਈ ਦਬਾਅ ਹੈਗਾ ਉੱਥਾ ਅਗਲਾ ਕੰਮ ਕਰਵਾ ਲੈਂਦਾ ਨਹੀਂ ਕਿਸੇ ਦੇ ਲੋਕਾਂ ਦੇ ਕੰਮ ਨਹੀਂ ਹੁੰਦੇ ਆਮ ਲੋਕਾਂ ਦੇ ਕੰਮ ਬਹੁਤ ਘੱਟ ਹੁੰਦੇ ਆ ਜਿਹਦਾ ਕਿਸੇ ਦਾ ਪ੍ਰੈਸ਼ਰ ਹੈਗਾ ਉਹਦਾ ਕਰਾ ਲੈਂਦਾ ਵੀ ਆ ਸਾਡਾ ਕੰਮ ਆ ਜਾਂ ਕਰੋ ਹੁਣ 70 ਲੱਖ ਰੁਪਇਆ ਇਹਨਾਂ ਨੇ ਕਮੇਟੀ ਵਾਲਿਆਂ ਪਹਿਲਾਂ ਜਿਹੜੀ ਅਕਾਲੀਆਂ ਦੀ ਕਮੇਟੀ ਤੇ ਇੱਥੇ ਰੋਪੜ ਦੀ ਮਿਊਨਸਪਲ ਕਮੇਟੀ ਉਹਨਾਂ ਨੇ ਜਮ੍ਹਾਂ ਕਰਾਇਆ ਹੋਇਆ ਹੁਣ ਇਹ ਕਾਂਗਰਸ ਦੀ ਸਰਕਾਰ ਆਉਣ ਕਰਕੇ ਇਹਨਾਂ ਨੇ ਬੰਦ ਕਰਤਾ ਵੀ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਹੋਏ ਇਹਨਾਂ ਦਾ ਕੰਮ ਨਹੀਂ ਹੋਣ ਦੇਣਾ ਅੱਗੇ ਵੋਟਾਂ ਪੈਣੀਆਂ ਉਹਨਾਂ ਨੇ 70 ਲੱਖ ਰੁਪਇਆ ਹੁਣ ਸਰਕਾਰ ਆਪ ਕਹਿੰਦੀ ਆ 3-4 ਦਿਨ ਹੋ ਗਏ ਈਓ ਸਾਹਿਬ ਆਏ ਤੇ ਜੀ ਉਹ ਕਹਿੰਦੇ ਸਾਡੇ ਕੋਲ ਪੈਸਾ ਜਮ੍ਹਾਂ ਹੋਇਆ ਵਾ ਅਸੀਂ ਹੁਣ 2-4 ਦਿਨ 'ਚ ਕੰਮ ਸ਼ੁਰੂ ਕਰ ਦੇਣਾ ਅਜੇ ਤੱਕ ਨਹੀਂ ਜੀ ਆਏ ਹੁਣ ਤੁਸੀਂ ਦੇਖ ਲਓ ਕੱਲ੍ਹ ਪਰਸੋਂ ਫਿਰ ਡੀਸੀ ਸਾਹਿਬ ਦੇ ਜਾ ਕੇ ਆਏ ਜੀ ਉੱਥੇ ਐਪਲੀਕੇਸ਼ਨ ਦੇ ਕੇ ਆਏ ਹਾਂ ਭਾਜੀ ਕੀ ਨਾਮ ਆਪਣਾ ਅਤੇ ਕੀ ਕਹਿਣਾ ਚਾਹੁੰਦੇ ਹੋ ਸਮੱਸਿਆ ਨੂੰ ਲੈ ਕੇ ਕੋਈ ਮੇਰਾ ਨਾਮ ਜਸਪ੍ਰੀਤ ਸਿੰਘ ਆ ਜੀ
तो असं ये पानी की समस्या बारे कह रहे हैं भी साढ़े पानी जो ये चल रहा है घट्टो घट 40 साल हो गए जी इतने यही इन्नी जगह च यही हाल आ सारे पिंड का रास्ता है सारा पिंड लंघता है ठीक है जी जो कि साड़ी असं कई बार प्रशासन को जा चुके हैं लैटर भी दे चुके हैं सब कुछ कर चुके हैं अज तक साड़ी कोई प्रशासन ने सुनी नहीं है ना कोई हो रहा है जे कोई साढ़े उरे इलैक्श वोटा मंगन आऊगा जब तक साडा काम नहीं हुंदा साडा बाइकाट आ साडा काम किया जाए तो असं सोचांगे भी पिंड ने वोट पाउणी है जां नहीं पाउणी असीं सारे पिंड दा साडा एक आ असीं कोई वोट नहीं पाउण दवांगे ना किसी नूं बढ़न दवांगे अगला फैसला साडा यह है जे साडा दो दिन दे विच विच इह काम ना होया तां असीं जाके डीसी साहब दा घराओ करांगे सारा पिंड जाऊगा जे उत्थे भी ना सुनी गई तां असीं रोड भी ब्लॉक करांगे बंद करांगे आवाजाई भी बंद करांगे। ईओ साहब वार्ड नंबर 21 ते 1 दे लोग काफ़ी परेशान आ वो कहिंदे 2 महीने पहला भी ईओ साहब नूं गल कीती सी वो कहिंदे सी हल करा लांगे मसले दा ते पानी दा बहुत बुरा हाल है लोकां दे घरां दे पानी असल इस मसले दा जिहड़ा मेन हल है वह तां तुहानूं पहले भी असीं दस्सिया सी कि उन्हां रेजिडेंट नूं भी पता है क्योंकि इहदा परमानेंट हल तां सीवरेज बोर्ड बोल बोलो कीता जा रहा लगभग पैण तों 70 लख रुपया रिजर्व पिया है एस टी पी दे कोले संप बिल बनना क्योंकि संप बैल बन के नाल सीवरेज बोर्ड वालों दसण मुताबिक ये प्रॉब्लम हल होएगी हूँ लेटैसट सानू पिछले हफ्ते ही डीसी मैडम वालों कुछ हदायत दी गई सी भी जिहड़ी भी उस रोड के उत्ते उपर नालियां का पानी सीवर च पाया होया भी उत्ते स्क्रीनिंग चैंबर बनाते जाण 3-4 भी तां जो जिहड़ा मलबा वगैरह है वह सीवर विच ना जाए सीवर ब्लॉक ना हो ब्लॉक होने करके पानी सड़कों पर आ जाता ये प्रॉब्लम आ जाती है लोगों ने दोष भी जो 1-1.5-2 महीने पहला ईओ साहब ने देखा सी मौका कहिंदे थोड़ा 2 दिन दे विच मसला पूरा हल कर देंगे हुण तों हाले तक मसला नहीं हल लेकिन उन्होंने ये नहीं होगा भी ईओ साहब ने यह चीज़ नहीं कही होगी भी 2 दिन च मसला हल कर देंगे क्योंकि जो मेन मसला सीवरेज बोर्ड के हाथ च है क्योंकि संप वैल बनाना उन्होंने क्योंकि नगर कौंसल कोई भी सीवरेज वाटर सप्लाई कोई भी ट्यूबवैल अपने पद्धर से नहीं लगा सकती ये सारी कार्रवाई सीवरेज बोर्ड वालों ही होनी है ठीक है संप वैल साढ़े को भी जगह कितने ब्लॉकेज आती है असी तो है कि सीवर जटिंग मशीन के नाल इमीडिएट कार्रवाई करते हैं उस सैकंड गल है कि साड़ी सीवरेज डिस्पोजल प्लांट की कई बार दिक्कत आती है जिस करके हवेली के कई बार सीवरेज बैक बजता है क्योंकि जदों लाइट जाती है उत्थे एक मोटर फंक्शन से हो जाती है क्योंकि 2 मोटर के नाल भी और एस टी पी के जोड़ा फ्लो है वेद प्रॉब्लम आने करके थोड़ा होंगी है लोगों ने कहते घट्टो घट सफाई तो करवाई जा सकती सफाई भी उत्थे हाँ भेजे नहीं जा रहे बंदा नहीं नहीं सफाई जरा उत्थे हर एक वार्ड के बंदे डेपूट ने असी अपने सेंटर इंस्पैक्टर यह हदायत की है भी पानी ब्लॉक है वो सफाई गल करें नाली की हाँ और सेंटर इंस्पैक्टर आप हदायत की है भी जिथे भी उत्थे झरने लगे ने जोड़ा भी पानी उत्थे पिया उत्थे कई लैके उन्होंने इमीडिएट साफ किया जाए तो समझो तो फंड पिया 70 लाख कहते फिर क्यों नहीं खर्चा जा रहा नहीं खर्चा सीवरेज बोर्ड ने खर्चना जी ये असी वो कोई कार्रवाई नहीं कर सकते उन्होंने दस भी दिता हवेली वाले भी इस चीज़ का पता है भी इस जगह पर बनना है बल्कि वह कहते कि सानू सीवर बोर्ड ने किया कि इतों सीधिया पाइपा एस टी पी को पा के थोड़ा हल कढ़ता जाऊगा उन्होंने मैनू भी पूछा सी भी सीवर बोर्ड ने शुरू नहीं किया मैं क्या वो पाइपा पाने वाला उन्होंने ऐसा कोई प्रोजेक्ट नहीं है उन्होंने संप वैल बनाना भी जिन्ना फ्लो प्लांट तो आता उन्होंने उत्थे स्टोर होकर फिर दोबारा एस टी पी च जाना यह उन्होंने हल से मसला हूँ उन्होंने जो ऑन द स्पॉट हूँ जो बुरा हाल है वो मसला तुम कदम हल करवा दूंगे ऑन द स्पॉट तो साडा डिपेंड करता है डिस्पोजल प्लांट के उत्ते मेन पंपिंग स्टेट के और जिदा ही लैवल डाउन हो जाऊगा इन्हों की सफाई करा दूँगा।